ਡਿਗਰੀ ਵਿਦਿਆਰਥੀਆਂ ਨਾਲ ਹੋ ਰਿਹਾ ਵਿਤਕਰਾ ਵਰਗੇ ਗੰਭੀਰ ਦੋਸ਼ ਲਗਾਉਂਦੇ ਹੋਏ ਪੰਜਾਬ ਸਟੇਟ ਦੇ ਖਿਡਾਰੀ ਮਨਦੀਪ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ JDA ਅਕੈਡਮੀ ਪਲਟਨ ਪਾਰਕ ਉੱਪਰ ਰਾਜਨੀਤਿਕ ਪ੍ਰਭਾਵ ਅਧੀਨ ਕੁਝ ਗਿਣੇ ਚੁਣੇ ਵਿਅਕਤੀਆਂ ਦਾ ਹੀ ਕਬਜ਼ਾ ਹੈ। ਇਹ ਗਿਣੇ ਚੁਣੇ ਵਿਅਕਤੀ ਹੀ ਖਿਡਾਰੀਆਂ ਦੇ ਭਵਿੱਖ ਬਾਰੇ ਫੈਸਲਾ ਕਰਦੇ ਹਨ, ਚਾਹੇ ਗਲਤ ਹੋਵੇ ਜਾਂ ਸਹੀ। ਇਹ ਵਿਅਕਤੀ ਗਰੀਬ ਘਰ ਨਾਲ ਸੰਬੰਧਿਤ ਵਿਦਿਆਰਥੀਆਂ ਨਾਲ ਧੱਕਾ ਕਰਦੇ ਹਨ ਅਤੇ ਉਹਨਾਂ ਨੂੰ ਦਰਕਿਨਾਰੇ ਕਰਦੇ ਹਨ। ਖਿਡਾਰੀ ਮਨਦੀਪ ਨੇ ਦੱਸਿਆ ਕਿ JDCA ਅਕੈਡਮੀ ਵੱਲੋਂ ਨਵੇਂ ਖਿਡਾਰੀਆਂ ਦੇ ਐਡਮਿਸ਼ਨ ਸਮੇਂ 5500 ਰੁਪਏ ਦੀ ਭਾਰੀ ਰਕਮ ਅਤੇ 2600 ਰੁਪਏ ਪ੍ਰਤੀ ਮਹੀਨਾ ਸਿਖਲਾਈ ਫੀਸ ਲਈ ਜਾਂਦੀ ਹੈ। ਟ੍ਰਾਇਲ ਜਾਂ ਹੋਰਨਾਂ ਪ੍ਰੋਗਰਾਮਾਂ ਦੇ ਨਾਂ 'ਤੇ ਖਿਡਾਰੀਆਂ ਤੋਂ ਪੈਸੇ ਉਗਰਾਹੇ ਜਾਂਦੇ ਹਨ ਜੋ ਕਿਸੇ ਹਿਸਾਬ ਵਿੱਚ ਨਹੀਂ ਹਨ। ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਸੀਗੇ JDCA ਦੇ ਖਿਲਾਫ ਜੋ ਗਰੀਬਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਉਹਦੇ ਅਗੇਂਸਟ। ਮੇਰਾ ਨਾਮ ਮਨਦੀਪ ਸਿੰਘ ਹੈ, ਮੈਂ ਪੰਜਾਬ ਅੰਡਰ 23 ਖੇਲਿਆ ਆ। ਸਾਡਾ ਮੁੱਦਾ ਇਹੀ ਹੈਗਾ ਕਿ ਜੋ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਉਹ ਸਾਨੂੰ ਇਨਸਾਫ ਦਿੱਤਾ ਜਾਵੇ। ਜੋ ਸਾਡੇ ਹੋਰ ਮੁੱਦੇ ਹੈਗੇ, ਜੋ ਪੁਰਾਣੇ ਪਲੇਅਰਾਂ ਦੇ ਨਾਲ ਕੁਛ ਇੰਸੀਡੈਂਟ ਹੋਏ ਆ, ਉਹਨਾਂ ਨੂੰ ਇਹਨਾਂ ਨੇ ਵਾਅਦੇ ਕੀਤੇ, ਉਹ ਵਾਅਦੇ ਪੂਰੇ ਨਹੀਂ ਕੀਤੇ ਇਹਨਾਂ ਨੇ। ਉਹਨਾਂ ਦਾ ਨਾਮ ਰਾਹੁਲ ਸਿੰਘ ਹੈ, ਜਿਨ੍ਹਾਂ ਦੇ ਗੋਲੀ ਲੱਗੀ ਸੀਗੀ ਅੱਖ ਦੇ ਵਿੱਚ। ਸਾਡਾ ਮੁੱਦਾ ਇਹ ਵੀ ਹੈਗਾ। ਦੂਸਰਾ ਆਪਣਾ ਮੁੱਦਾ ਹੈਗਾ ਆ ਕਿ ਜੋ ਗਰਾਊਂਡ ਦਾ ਮਲਬਾ, ਗਰਾਊਂਡ ਟੁੱਟੀ ਸੀਗੀ, ਉਹ ਮਲਬਾ ਕਿੱਥੇ ਗਿਆ, ਉਹਦਾ ਹਿਸਾਬ ਸਾਨੂੰ ਦਿੱਤਾ ਜਾਵੇ। ਜੋ ਬੱਚਿਆਂ ਤੋਂ ਇੰਨੀ ਫੀਸ ਲਿੱਤੀ ਜਾਂਦੀ ਆ, ਗਰੀਬ ਦਾ ਬੱਚਾ ਕਿੱਦਾਂ ਖੇਲੇਗਾ 2000 ਰੁਪਇਆ ਫੀਸ ਮਹੀਨਾ ਭਰ ਕੇ, ਜਦਕਿ ਉਹਨੂੰ ਉੱਥੇ ਕੋਈ ਫੈਸਿਲਿਟੀਜ਼ ਨਹੀਂ ਦਿੱਤੀ ਜਾਂਦੀ। ਕਿਹਦੇ ਕੋਈ ਹਿਸਾਬ ਮੰਗਦੇ, ਕੀ ਨਾਮ ਹੈ, ਕੌਣ ਨਹੀਂ ਉਹ ਦੱਸੋ। ਇਹਨਾਂ ਦੇ ਨਾਮ ਸਰ, ਜਿਹੜੇ ਉੱਥੇ ਪ੍ਰੈਜ਼ੀਡੈਂਟ ਹੈਗੇ ਆ, ਸੈਕਟਰੀ ਹੈਗੇ ਆ, ਜਿਨ੍ਹਾਂ ਦਾ ਨਾਮ ਸੁਰਜੀਤ ਰਾਏ ਬਿੱਟਾ ਜੀ ਹੈ, ਰਕੇਸ਼ ਰਾਠੌਰ ਜੀ ਹੈ, ਅਰਵਿੰਦ ਅਬਰੋਲ ਜੀ ਹੈਗੇ ਨੇ। ਅਸੀਂ ਇਹਨਾਂ ਕੋਲੋਂ ਹਿਸਾਬ ਮੰਗਦੇ ਹਾਂ ਕਿ ਸਾਨੂੰ ਹਿਸਾਬ ਦਿੱਤਾ ਜਾਵੇ। ਬਾਕੀ ਬਹੁਤ ਜਲਦੀ ਅਸੀਂ ਇਹਨਾਂ ਮੰਗ ਪੱਤਰ ਦੇਵਾਂਗੇ DC ਸਾਹਿਬ ਨੂੰ ਕਿ ਜੋ ਵੀ ਇਸ ਮੁੱਦੇ ਦੇ ਉੱਤੇ ਐਕਸ਼ਨ ਹੈ ਜਲਦੀ ਤੋਂ ਜਲਦੀ ਲਿਆ ਜਾਵੇ, ਕਿ ਜੋ ਪਲੇਅਰਾਂ ਦੇ ਕਰੀਅਰ ਖਰਾਬ ਹੋ ਰਹੇ, ਮੈਚਾਂ ਦਾ ਸਮਾਂ ਆਉਣ ਵਾਲਾ ਹੈ, ਉਹ ਜਲਦੀ ਤੋਂ ਜਲਦੀ ਇਨਸਾਫ ਦੇ ਕੇ ਜੋ ਸਹੀ ਹੈਗਾ ਕਮੇਟੀ ਉੱਥੇ ਪਾਈ ਜਾਵੇ। ਤੁਸੀਂ ਉਹਨਾਂ ਨੂੰ ਲਿਖਤ ਵਿੱਚ ਦਿੱਤਾ ਕੋਈ ਕੀ ਸਰ? ਉਹਨਾਂ ਲਿਖਤ ਵਿੱਚ ਜਾਗੇ ਕੀ ਕਰਦੇ, ਉਹਨਾਂ ਨੂੰ ਦਿੱਤਾ ਮੇਰਾ ਨੰਬਰ, ਥੋੜਾ ਜਿਹਾ ਦੱਸੋ ਜਿਹੜਾ ਕਹਿੰਦੇ ਨਾ, ਮਤਲਬ ਪਲੇਅਰ ਜਿਹੜੇ ਆਪਣੇ ਚੈੱਕ ਆਪਣੇ ਆਪ ਮਰਜ਼ੀ ਨਾਲ ਕਰਦੇ ਨੇ, ਉਹਦੇ ਬਾਰੇ ਦੱਸੋ। ਆਪਣੀ ਮਰਜ਼ੀ ਨਾਲ ਸਰ ਕਰਦੇ ਆ। ਇਹਨਾਂ ਨੇ 12 ਬੰਦਿਆਂ ਦੀ ਕਮੇਟੀ ਬਿਠਾਈ ਹੋਈ ਹੈ, 12 ਬੰਦਿਆਂ ਦੀ ਕਮੇਟੀ 'ਚੋਂ ਕੋਈ ਵੀ ਬੰਦਾ ਸਾਲ ਦੇ ਵਿੱਚ ਇੱਕ ਦਿਨ ਵੀ ਗਰਾਊਂਡ 'ਚ ਨਹੀਂ ਆਉਂਦਾ। ਉਹ ਕਿੱਦਾਂ ਬੱਚੇ ਸਿਲੈਕਟ ਕਰ ਲੈਂਦੇ ਆ, ਮੈਚਾਂ ਦੀ ਪਰਫਾਰਮੈਂਸ ਤੱਕ ਦੇਖਣ ਨਹੀਂ ਆਉਂਦੇ। ਇਹ ਮਤਲਬ ਕਾਪੀਆਂ 'ਤੇ ਦੇਖ ਕੇ ਬੱਚੇ ਸਿਲੈਕਟ ਕਰਦੇ ਆ, ਇਹਨਾਂ ਨੂੰ ਪੁੱਛਿਆ ਜਾਵੇ ਕਿ ਸੈਟਿੰਗਾਂ ਦੇ ਨਾਲ ਕਰਦੇ ਆ, ਆਪਾਂ ਇਹ ਪੁੱਛਣਾ ਚਾਹੁੰਦੇ ਹਾਂ। ਜਿਹੜੇ ਉਹਨਾਂ ਨੂੰ ਲਿਖਤ ਵਿੱਚ ਦਿੱਤਾ ਕੋਈ ਕਿ ਸਾਨੂੰ ਹਿਸਾਬ ਦਿੱਤਾ ਜਾਵੇ? ਬਿਲਕੁਲ ਸਰ, ਮੈਂ ਪੁੱਛ ਕੇ ਆਇਆ ਸੀ ਇਹਨਾਂ ਨੂੰ ਜਦੋਂ ਅਸੀਂ ਫੇਸਬੁੱਕ 'ਤੇ ਵੀਡੀਓ ਵਾਇਰਲ ਕੀਤੀ। ਅਸੀਂ ਆਪ ਪੁੱਛਿਆ, ਖੜੇ ਹੋ ਕੇ ਮੈਂ ਪੁੱਛਿਆ ਇਹਨਾਂ ਨੂੰ ਕਿ ਸਾਨੂੰ ਇਸ ਚੀਜ਼ ਦਾ ਹਿਸਾਬ ਚਾਹੀਦਾ। ਇਹ ਕਹਿੰਦੇ ਮੈਂ ਹਿਸਾਬ ਨਹੀਂ ਦੇ ਸਕਦਾ, ਸੈਕਟਰੀ ਨੂੰ ਜਾ ਕੇ ਮਿਲੋ। ਜਦੋਂ ਅਸੀਂ ਕਿਹਾ ਕਿ ਸੈਕਟਰੀ ਨੂੰ ਤੁਸੀਂ ਇੱਥੇ ਬੁਲਾਓ, ਸੈਕਟਰੀ ਦਾ ਕੰਮ ਹੈ ਗਰਾਊਂਡ ਦੇ ਕੰਮ ਕਰਨੇ, ਗਰਾਊਂਡ 'ਚ ਅਸੀਂ ਘਰ ਕਿਉਂ ਮਿਲਣ ਜਾਈਏ ਸਰ ਸੈਕਟਰੀ ਨੂੰ? ਸੈਕਟਰੀ ਦਾ ਕੀ ਨਾਮ ਹੈ? ਸੁਰਜੀਤ ਰਾਏ ਬਿੱਟਾ ਜੀ। ਤੁਸੀਂ ਲਿਖਤ ਨਹੀਂ ਦਿੱਤੀ? ਨਹੀਂ, ਲਿਖਤ ਹਾਲੇ ਤੱਕ ਦਿੱਤੀ ਨਹੀਂ ਅਸੀਂ ਉਹਨਾਂ ਨੂੰ। ਬਟ ਜੋ ਵੀ ਸਾਡਾ ਮਤਲਬ ਅਸੀਂ ਚਾਹੁੰਦੇ ਕਿ ਜੋ ਮੁੱਦਾ ਹੈਗਾ ਉਹਦਾ ਜਲਦੀ ਤੋਂ ਜਲਦੀ ਸਲਿਊਸ਼ਨ ਕੀਤਾ ਜਾਵੇ, ਕਿ ਜੋ ਬੱਚਿਆਂ ਦੇ ਨਾਲ ਖਿਲਵਾੜ ਹੋ ਰਿਹਾ, ਅੱਗੇ ਮੈਚ ਆਉਣ ਵਾਲੇ ਆ, ਉਹ ਮੈਚਾਂ ਦੇ ਵਿੱਚ ਬੱਚਿਆਂ ਨੂੰ ਕੋਈ ਪ੍ਰਭਾਵ ਨਾ ਪਵੇ, ਜ਼ਿੰਦਗੀ ਨਾ ਬੱਚਿਆਂ ਦੀ ਖਰਾਬ ਹੋ। ਮੇਰਾ ਨਾਮ ਰਾਹੁਲ ਸਿੰਘ, ਮੈਂ ਇਹਨਾਂ ਵੱਲੋਂ ਕ੍ਰਿਕਟ ਖੇਡਦਾ ਸੀ ਅਤੇ ਮੈਂ ਕਾਫੀ ਅੱਛਾ ਪਲੇਅਰ ਸੀ। ਬਟ ਇਹਨਾਂ ਦੇ ਅੰਡਰ ਮੈਂ ਖੇਡਣ ਜਾ ਰਿਹਾ ਸੀ, ਮੋਹਾਲੀ ਡਿਸਟ੍ਰਿਕਟ ਫਾਈਨਲ ਖੇਡ ਕੇ ਆ ਰਹੇ ਸੀ। ਬਟ ਉਹਨਾਂ ਨੂੰ ਇੱਕ ਆਪਾਂ ਖੇਡਣ ਜਾ ਰਹੇ, ਆਪਣਾ ਕਨਵੈਂਸ ਹੁੰਦਾ ਹੈ, ਬਟ ਸਾਨੂੰ ਬੱਸ 'ਚ ਜਾ ਰਹੇ ਸੀ ਅਤੇ ਬੱਸ 'ਚ ਹੀ ਆ ਰਹੇ ਸੀਗੇ। ਮੈਂ ਇਹ ਪੁੱਛਣਾ ਚਾਹੁੰਦਾ, ਆਪਣਾ ਕਨਵੈਂਸ ਕਿਉਂ ਨਹੀਂ ਕੀਤਾ? 6-0 ਅਤੇ ਉੱਥੇ ਆਉਂਦੇ ਹੋਏ ਮੇਰੇ ਗੋਲੀ ਵੱਜ ਗਈ ਅਤੇ ਮੈਨੂੰ ਇਹਨਾਂ ਨੇ ਵਾਅਦੇ ਕੀਤੇ ਗਏ। ਮੇਰੀ ਗੋਲੀ ਵੱਜਣ ਕਾਰਨ ਮੇਰੀ ਇੱਕ ਅੱਖ ਵੀ ਜਾ ਚੁੱਕੀ ਆ। ਇਹਨਾਂ ਨੇ ਵਾਅਦੇ ਕੀਤੇ ਮੈਨੂੰ ਸਰਕਾਰੀ ਨੌਕਰੀ ਦੇਵਾਂਗੇ। ਮੇਰੇ ਕੋਲ ਰਾਜੀਨਾਮਾ ਵੀ ਕਰਵਾ ਲਿਆ, ਬਟ ਹਜੇ ਤੱਕ ਮੈਨੂੰ ਸਰਕਾਰੀ ਨੌਕਰੀ ਦਿੱਤੀ। ਕੋਚ ਲਈ ਮੈਂ ਅੰਦਰ ਗਿਆ, ਕੋਚਿੰਗ ਲਈ ਮੈਂ ਅੰਦਰ ਗਿਆ ਅਤੇ ਕੋਚ, ਮੈਂ ਕਿਹਾ ਮੈਂ ਕੋਚ ਲੱਗਣਾ ਇੱਥੇ, ਬਟ ਮੈਨੂੰ ਕੋਚ ਸਾਹਿਬ ਨੇ ਕਿਹਾ ਗਿਆ ਕਿ ਇੱਥੇ ਲੈਵਲ ਚਾਹੀਦਾ ਆ। ਮੈਂ ਉਹਨਾਂ ਦੀ ਗੱਲ ਐਗਰੀ ਕਰ ਗਿਆ, ਬਟ ਮੈਂ ਪੁੱਛਣਾ ਚਾਹੁੰਦਾ ਅੱਜ ਕਿ ਜਿਹੜੇ ਅੰਦਰ ਕੋਚ ਲੱਗੇ ਉਹਨਾਂ ਕੋਲ ਲੈਵਲ ਕਿੱਥੇ ਆ, ਕੀ ਖੇਡੇ ਨੇ, ਜਵਾਬ ਦਿੱਤਾ ਜਾਵੇ ਸਾਨੂੰ। ਦੂਸਰੇ ਪਾਸੇ ਜਦ JDCA ਦੇ ਜਨਰਲ ਸਕੱਤਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸਭ ਝੂਠ ਹੈ ਅਤੇ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸਭ ਨੂੰ ਜਵਾਬ ਦੇ ਦਿਆਂਗੇ। ਜਲੰਧਰ ਤੋਂ NK ਦੀ ਰਿਪੋਰਟ। ਤੇ ਹਾਂਜੀ ਸਰ, ਇੱਕ ਨਾ ਅੱਜ ਹੋਈ ਸੀਗੀ ਪ੍ਰੈਸ ਕਾਨਫਰੰਸ ਤੇ ਉਹਦੇ ਵਿੱਚ ਮਨਦੀਪ ਔਰ ਉਹਦੇ ਨਾਲ 25-30 ਸਟੂਡੈਂਟ ਸੀਗੇ। ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਜਿਹੜੀ ਜਲੰਧਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਆ ਉਹ ਗਰੀਬ ਬੱਚਿਆਂ ਨਾਲ ਧੱਕਾ ਕਰਦੀ ਆ, ਵਿਤਕਰਾ ਕਰਦੀ ਆ ਤੇ ਅਨਕੁਆਲੀਫਾਈਡ ਜਿਹੜੇ ਟ੍ਰੇਨਰ ਆ ਉਹ ਉੱਥੇ ਭਰਤੀ ਕੀਤੇ ਜਾਂਦੇ ਆ, ਜਿਹੜੇ ਸਿਖਲਾਈ ਚੰਗੀ ਦਿੰਦੇ ਆ ਉਹਨਾਂ ਨੂੰ ਦਰਕਿਨਾਰ ਕੀਤਾ ਜਾਂਦਾ ਆ। ਤੇ ਇੱਕ ਉਹਨਾਂ ਨੇ ਕਿਹਾ ਸੀਗਾ ਕਿ ਨਵੇਂ ਐਡਮਿਸ਼ਨ ਜਿਹੜੀ ਲੈਂਦੇ ਆ ਉਹ 5500 ਰੁਪਏ ਦੀ ਭਾਰੀ ਰਕਮ ਲੈਂਦੇ ਆ ਤੇ 2600 ਰੁਪਇਆ ਪ੍ਰਤੀ ਮਹੀਨਾ ਖਿਡਾਰੀਆਂ ਕੋਲੋਂ ਫੀਸ ਲਈ ਜਾਂਦੀ ਆ, ਜੋ ਕਿ ਇੱਕ ਗਰੀਬ ਬੱਚੇ ਲਈ ਬਹੁਤ ਔਖਾ ਆ। ਤੇ ਇਹ ਉਹ ਫੀਸਾਂ ਦੇਣ ਤੋਂ ਅਸਮਰਥ ਹੁੰਦੇ ਆ ਤੇ ਉਹ ਮੰਨ ਲਓ ਕ੍ਰਿਕਟ ਖੇਡਣ ਦਾ ਉਹਨਾਂ ਦੇ ਜਨੂੰਨ ਜੋ ਹੁੰਦਾ ਆ ਉਹ ਅੰਦਰੇ ਹੀ ਘੁੱਟ ਕੇ ਰਹਿ ਜਾਂਦਾ। ਤੇ ਤੀਜੀ ਗੱਲ ਉਹਨਾਂ ਨੇ ਇਹ ਕਹੀ ਸੀਗੀ ਕਿ ਮਤਲਬ ਸਾਨੂੰ ਉੱਥੇ ਪੈਸੇ ਲਏ ਜਾਂਦੇ ਆ ਟ੍ਰੇਨਾਂ ਦੇ ਨਾਂ ਤੇ, ਕਦੇ ਕਿਸੇ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਜਾਂਦੇ ਆ, ਉਹ ਕਿਤੇ ਵੀ ਲਗਾਏ ਨਹੀਂ ਜਾਂਦੇ। ਤੇ ਇਹਨਾਂ ਸਰ
ਦੋ ਵਾਰੀ ਪ੍ਰੈਸ ਕਾਨਫਰੰਸ ਤਾਂ ਕਿ ਇੱਕ ਇੱਕ ਨੂੰ ਦੱਸਣ ਨਾਲ ਸਾਰਿਆਂ ਨੂੰ ਪਤਾ ਲੱਗ ਜਾਏ ਐਂਡ ਮੋਸਟ ਪ੍ਰੋਬਬਲੀ ਪਰਸੋਂ ਕੱਲ੍ਹ ਨਹੀਂ ਆਪਾਂ ਪਰਸੋਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਹਾਂਜੀ ਸਭ ਦਾ ਜਵਾਬ ਦੇ ਦਿੰਦੇ ਵੈਸੇ ਤੁਹਾਡੇ ਲਈ ਜੋ ਵੀ ਤੁਸੀਂ ਇੰਨੇ ਕਾਇੰਡ ਹੋ ਕੇ ਗੱਲ ਕੀਤੀ ਹੈ ਤਾਂ ਉਹਦਾ ਜਵਾਬ ਇਹ ਹੈਗਾ ਹੈ ਜਿਹੜਾ ਬੰਦਾ ਸਟੇਟਮੈਂਟ ਦੇ ਰਿਹਾ ਇਹ ਆਈ ਵੀ ਡਬਲਿਊ ਸਕੂਲ ਕੋਲੋਂ ਪੱਚੀ ਦੀ ਅਕੈਡਮੀ ਦੇ ਵਿੱਚ ਖੁਦ 15,000 ਰੁਪਇਆ ਨੌਕਰੀ ਕਰਦਾ ਪਿਆ ਵਾ ਤੇ ਇਹਨੂੰ ਪੁੱਛੋ ਤੂੰ ਕਿਹੜਾ ਕੁਆਲੀਫਾਈਡ ਕੋਚ ਹੈ ਕਾਕਾ ਨੰਬਰ ਇੱਕ ਨੰਬਰ ਦੋ ਸਾਰਿਆਂ ਨੂੰ ਘੱਟ ਅਕੈਡਮੀ ਸਾਡੀ ਪੈਸੇ ਲੈਂਦੀ ਹੈ ਇਹਦੇ ਵਿੱਚ ਅੱਠ ਅੱਠ ਕੋਚ ਰੱਖੇ ਹੋਏ ਆ ਚਾਰ ਪੰਜ ਗਰਾਊਂਡ ਮੈਨ ਰੱਖੇ ਹੋਏ ਆ ਐਂਡ ਸਾਰਿਆਂ ਨੂੰ ਘੱਟ ਅਸੀਂ ਲੈਂਦੇ ਹਾਂ ਇਹ ਜਿੱਥੇ ਨੌਕਰੀ ਕਰਦਾ ਉੱਥੇ 2,500 ਰੁਪਏ ਲੈਂਦੇ ਆ ਪਰ ਪਰਸਨ ਅੱਛਾ ਜੀ ਜਿੱਥੇ ਕਰਦਾ ਹੋਰ ਤੀਸਰੀ ਜਿਹੜੇ ਕਹਿੰਦਾ ਕਿਸੇ ਨਾਲ ਹੁੰਦਾ ਬਿਲਕੁਲ ਪੈਨਲ ਬਣਿਆ ਹੈ ਰਣਜੀ ਟਰਾਫੀ ਪਲੇਅਰਾਂ ਦਾ ਜਿਹੜੇ ਕਿ ਇਹਨਾਂ ਦਾ ਸਿਲੈਕਸ਼ਨ ਕਰਦੇ ਆ ਬ੍ਰਦਰ ਹੁਣ 16-18 ਲੱਖ ਦੀ ਆਬਾਦੀ ਦੇ ਵਿੱਚ ਖੇਡਣੇ ਤਾਂ 15 ਹੀ ਹੈ ਨਾ ਪੰਜਾਬ ਦੇ ਅੰਦਰ ਜੇ ਏਦਾਂ ਹੀ ਇੰਡੀਆ ਦੇ 120 ਕਰੋੜ ਆਬਾਦੀ ਦੇ ਵਿੱਚ ਖੇਡਣੇ ਤਾਂ ਇੰਡੀਆ ਦੇ 15 ਹੀ ਹੈ ਨਾ ਜਿਹੜੇ ਜਿਹੜੇ ਇਹ ਕਹਿੰਦੇ ਨਾ ਕਿਸੇ ਬੱਚੇ ਬੱਚੇ ਨੂੰ ਇਗਨੋਰ ਕੀਤਾ ਤੁਸੀਂ ਖੁਦ ਆ ਸਕਦੇ ਮੈਂ ਸਾਰੇ ਬੁਲਾਣੇ ਆ ਪ੍ਰੈਸ ਵਾਲੇ ਆ ਕੇ ਮੈਂ ਦਿਖਾਉਣਾ ਕਿ ਜਿਹੜੇ ਆਹ ਚੁਣੇ ਹੈਗੇ ਬੱਚੇ ਇਹਨਾਂ ਨੂੰ ਕੋਈ ਬੱਚਾ ਮਾੜਾ ਉਹ ਕਹੇ ਜੀ ਮੈਨੂੰ ਨੀ ਚੁਣਿਆ ਦੈਨ ਆਈ ਐਮ ਰਿਸਪੋਂਸਿਬਲ ਬੜੀ ਸਿੰਪਲ ਗੱਲ ਆ ਤੁਸੀਂ ਸਰ ਆਪਣਾ ਪ੍ਰੈਸ ਕਾਨਫਰੰਸ ਪਰਸੋਂ ਰੱਖ ਰਹੇ ਹੋ ਇਹਦਾ ਜਵਾਬ ਬਿਲਕੁਲ ਬਿਲਕੁਲ ਦਾਂਗੇ ਤੇ ਫਿਰ ਉਹ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਕੀ ਕਹਿੰਦੇ ਹੁੰਦੇ ਆ ਇਹਨਾਂ ਦੇ ਉੱਤੇ ਜਿਹੜੇ ਬੱਚੇ ਤੇ ਜਿੱਦਾਂ ਇੱਕ ਭਟਕੇ ਬੱਚੇ ਇਹਨਾਂ ਦੇ ਪਿੱਛੇ ਕੋਈ ਹੋਰ ਹੈਗਾ ਇਹ ਆਪਣਾ ਕੋਈ ਇਹਨਾਂ ਚੋਂ ਚੰਗਾ ਪਾਏਦਾਰ ਬੰਦਾ ਹੋਊਗਾ ਉਹ ਡੈਫਾਮੇਸ਼ਨ ਦਾ ਕੇਸ ਕਰਾਂਗੇ ਠੀਕ ਹੈ ਥੈਂਕ ਯੂ